ਸ਼ੁਕਰੀਆ ਸਾਰਿਆਂ ਦਾ। ਸਾਡੇ ਸਤਿਕਾਰਯੋਗ ਸਾਹਮਣੇ ਬੈਠੇ ਨੇ ਬਾਈ ਕੁਲਦੀਪ ਦੀਪਾ ਜੀ, ਦੀਪਾ ਤੂੰਬੀ ਵਾਲਾ ਜੀ, ਆਇਆਂ ਨੂੰ ਧੰਨਵਾਦ। ਬਾਈ ਕੁਲਵਿੰਦਰ ਰਾਜ, ਲੈ ਵੀ ਗੱਲ ਮੈਂ ਨਾ, ਮੇਰੇ ਉੱਥੇ ਬੜੇ ਚਿਰ ਦੀ ਯਾਦ ਸੀ ਵੀ ਦੀਪੇ ਬਾਰੇ ਮੈਂ ਦੱਸੂਗਾ, ਖੜਾ ਹੋਈ ਬਾਈ ਦੀਪੇ ਮਾੜਾ ਜਿਹਾ। ਇਹ ਸ਼ਖਸ ਬਾਈ ਜੀ ਉਹ ਬੰਦਾ ਹੈ, ਤੁਸੀਂ ਜਿੰਨੇ ਗੀਤਾਂ 'ਚ ਤੁੰਬੀ ਵੱਜਦੀ ਸੁਣਦੇ ਹੋ, ਜਿੰਨੇ ਗੀਤਾਂ 'ਚ ਮਾਨ ਸਾਹਿਬ, ਸਦੀਕ ਸਾਹਿਬ, ਕਰਤਾਰ ਰਮਲਾ, ਇੰਗਲੈਂਡ ਦੇ ਜਿੰਨੇ ਵੀ ਕਲਾਕਾਰਾਂ ਦੇ ਗੀਤਾਂ 'ਚ ਤੁੰਬੀ ਵੱਜੀ ਹੈ, ਇਹ ਬੰਦਾ ਆਪਣੇ ਬਠਿੰਡੇ ਦਾ, ਪੰਜਮਲੋੜ ਦਾ, ਪੰਜਾਬੇ ਪਿੰਡ ਆ ਪੰਜਾਬਾ ਦਾ, ਇਹ ਬਹੁਤ ਵਧੀਆ ਗੀਤ ਲਿਖਦਾ ਹੈ। ਅਤੇ ਪਰ ਇਹ ਬੰਦਾ ਇੰਗਲੈਂਡ ਇੰਨੇ ਵਾਰੀ ਜਾਇਆ ਜਿੰਨੇ ਵਾਰੀ ਆਪਾਂ ਖੇਤ ਨਹੀਂ ਜਾਂਦੇ, ਇਹਦਾ ਵੀ ਇੰਗਲੈਂਡ ਦਿਲ ਨਹੀਂ ਲੱਗਦਾ। ਇਹਨੇ ਘੱਟੋ ਘੱਟ 100 ਗੇੜਾ ਮਾਰਿਆ ਹੋਣਾ ਇੰਗਲੈਂਡ ਦਾ, 1-2 ਮਿੰਟਾਂ ਦੀ ਤੁੰਬੀ ਡੱਬ ਕਰਨ ਵਾਸਤੇ ਇਹਦੇ ਟਿਕਟ ਲੈ ਕੇ ਦਿੰਦੇ ਜਹਾਜ਼ ਦੀ, ਇੰਗਲੈਂਡ ਵਾਲੇ ਇਹਨੂੰ ਬੁਲਾਉਂਦੇ ਆ। ਇਹ ਅੱਜ ਵੀ ਜਾਂਦਾ, ਇਹ ਸਾਡੇ ਮਾਲਵੇ ਦੀ ਧਰਤੀ ਦਾ, ਆਪਣੇ ਕੱਖਾਂ ਵਾਲੀ ਕੋਲੇ ਪੰਜਾਬੇ ਪਿੰਡ ਦਾ ਜੰਪਾਲ ਹੈ, ਅਤੇ ਬਹੁਤ ਸਾਡਾ ਪਿਆਰਾ ਵੀਰ ਹੈ। ਅਸੀਂ ਘੱਟੋ ਘੱਟ ਤੁੰਬੀ ਸੁਣਾਓ ਬਾਈ, ਚੱਲ ਕੋਈ ਨਾ।
ਬੜਾ ਜੀ। ਸੌ ਦੇ ਨੋਟ ਦੀ ਉਹ ਤਾਂ ਸੌਖੀ ਆ, ਦੱਸ ਕਿਹੜੀ ਕਰਨ ਗਈ ਆ।